ਉਦੋਂ ਇੱਦਾਂ 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 ਅੱਗੇ ਐਂ ਵਰਤਾਉਣਗੇ ਜੇ ਵੇਖੋ ਵੀ ਦੀਵਾ ਪਾਲ ਕੇ ਵੀ ਇਹੋ ਜਿਹਾ ਸਿੱਖ ਨਹੀਂ ਲੱਭਣਾ। ਆੜਾ ਪਾਣੀ ਤਰੁਕਣ ਵਾਲਾ ਕੰਮ ਸੀ ਨਾ, ਇਹ ਉਦੋਂ ਸੀ ਜਦੋਂ ਰਸਤੇ ਕੱਚੇ ਹੁੰਦੇ ਸੀ, ਜਦੋਂ ਗਲੀਆਂ ਕੱਚੀਆਂ ਹੁੰਦੀਆਂ ਸੀ, ਜਦੋਂ ਸਰੂਪ ਲੈ ਕੇ ਜਾਣਾ ਤੇ ਕਹਿਣਾ ਰਾਹ ਕੱਚਾ ਵਾ ਪਾਣੀ ਤਰੌਂਕ ਲਓ ਤਾਂ ਕਿ ਤੁਰ ਲੱਗਿਆਂ ਘੱਟਾਂ ਮਿੱਟੀ ਨਾ ਉੱਡੇ। ਉਦੋਂ ਐਂ ਗਲੀਆਂ ਗਿੱਲੀਆਂ ਕਰ ਦੇਣੀਆਂ, ਸਾਫ਼ ਕਰ ਦੇਣੀਆਂ, ਤੇ ਹੁਣ ਸਰੂਪ ਆਪਣੇ ਘਰ ਗੁਰਦੁਆਰੇ ਲੈ ਕੇ ਜਾਣਾ ਹੋਵੇ ਨਾ, ਉੱਤੋਂ ਮੀਂਹ ਵੀ ਪੈਣ ਲਿਆਂਦਾ ਉਹਦੇ ਵਿੱਚ ਫਿਰ ਜੱਗ ਫੜਿਆ ਆਉਂਦਾ ਇੱਦਾਂ ਵੀ ਉਹਦਾ ਨੀਲੀ ਨੇ ਢੱਕਣ ਚੁੱਕਿਆ ਉਹ ਤੇ ਯਕੀਨ ਨਹੀਂ। ਫਿਰ ਤੁਸੀਂ ਕਹਿਣਾ ਵੀ ਉਹਨੂੰ ਘੁੰਮ ਜੀ ਹੋਰ ਚੱਪਣੀ ਪਰਾਂ ਕਰ ਦੇ, ਤੁਹਾਡਾ ਜੱਗ ਫਿਰ ਜੱਗ ਹੱਥ ਚ ਫੜਿਆ। ਅੱਛਾ ਦਰੀਆਂ ਉੱਤੇ ਫਿਰ ਇੱਦਾਂ ਜੱਗ, ਦਰੀ ਉੱਤੇ ਫਿਰ ਜੱਗ ਇੱਦਾਂ, ਤਾਂ ਪ੍ਰਸ਼ਾਦੀ ਦੇਖ ਕੇ ਵੀ ਇੱਦਾਂ, ਤੇ ਪੁਰਾਣੇ ਸਿੱਖ ਮੱਥੇ ਨੂੰ ਹੱਥ ਮਾਰ ਦੇਣੇ ਆ ਵੇਲੋ ਦੁੱਲਾ ਪੰਥ। ਹੁਣ ਦੱਸੋ ਕਿਸੇ ਨੂੰ ਪੁੱਛੋ ਵੀ ਇਸ ਪਾਣੀ ਦਾ ਅਕੜਾ ਪ੍ਰਸ਼ਾਦੀ ਦੇਖ ਅੱਗੇ ਕੀ ਮਤਲਬ, ਦਰੀਆਂ ਨਹੀਂ ਗਿੱਲੀਆਂ ਤੁਸੀਂ ਗਰੀ ਜਾਂਦੇ ਇੱਦਾਂ ਅੱਗੇ ਅੱਗੇ ਲਿਖਿਆ ਮਰਿਆਦਾ ਜੀ ਕਿਤੇ ਬੋਲੋ ਜੀ ਪੜ੍ਹ ਲਓ ਕਿਤੇ, ਮੈਂ ਕੋਲੋਂ ਕਰਿਆ ਜਿਹੜੀ ਅਕਾਲ ਤਖਤ ਵੱਲੋਂ ਪ੍ਰਵਾਨ ਸਿੱਖ ਰਹਿਤ ਮਰਿਆਦਾ 1931-32 ਚ ਖਰੜਾ ਤਿਆਰ ਹੋਇਆ, 45 ਚ ਲਾਗੂ ਹੋਈ, ਤੁਸੀਂ ਸਿੱਖ ਰਹਿਤ ਮਰਿਆਦਾ ਪੜ੍ਹ ਲਓ। ਕਿਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੂੰ ਕਿਹਾ ਜੀ ਸਾਨੂੰ ਲਿਆ ਕੇ ਅਸੀਂ ਪੜ੍ਹਨਾ ਚਾਹੁੰਦੇ, ਕੁਝ ਵਿਖਾਇਓ ਕਿੱਥੇ ਲਿਖੇ, ਉਹ ਲਿਖ ਦਿੰਦੇ ਜੀ ਏਡਾ ਜ਼ਰੂਰੀ ਸੀ ਜਦ ਫਿਰ ਏਡਾ ਮਜ਼ਾ, 3-4 ਟੈਂਕਰ ਪਾਣੀ ਦੀ ਖਾਲੀ ਕਰੋ ਘਰ ਤੱਕ, ਉਹ ਵੀ ਤਾਂ ਜੇ ਰਸਤਾ ਕੱਚਾ, ਜਦੋਂ ਪਹਿਲਾਂ ਹੀ ਰਸਤਾ ਸਾਫ਼ ਆ। ਇੱਕ ਜੱਗ ਏਦਾਂ, ਉਹ ਵੀ ਏਦਾਂ ਇੱਕ ਜੱਗ ਨੀ ਕਹੀ ਤੇ ਜੱਗ ਛੱਡੋ ਗਲਾਸ ਲੱਭਦਾ ਨੀ, ਜੱਗ ਨੀ ਲੱਭਦਾ ਉਹ ਕਹਿੰਦੇ ਜੱਗ ਚ ਪਹਿਲਾਂ ਪਾ ਕੇ ਨੱਖੀ ਆ ਗਲਾਸ ਹੀ ਆ, ਉਹ ਵੀ ਕਾਰ ਦੇ ਏਦਾਂ ਕਾਰ ਦੇ ਬਾਹਰ ਦੀ ਬਾਂਹ ਕੱਢ ਕੇ ਨਾ ਏਦਾਂ ਬੰਪਰ ਤੇ ਏਦਾਂ ਵੀ ਬਾਂਹ ਤੜਾਉਣੀ ਤੂੰ ਆਖਰ ਆ ਜੇ ਤੈਨੂੰ ਇਹ ਸਿੱਖੀ ਆ। ਏਦਾਂ ਗੱਡੀ ਦੇ ਵਿੱਚੋਂ ਦੀ ਬਾਂਹ ਬਾਹਰ ਕੱਢੀ ਉਹਨੇ, ਉਹ ਐਂ ਔਖਾ ਹੋ ਗਿਆ ਤੂੰ ਵੀ ਪਾਣੀ ਪਾਉਣ ਡਿਆ ਏਦਾਂ, ਅਗਲੇ ਬੰਨੇ ਕਹਿ ਕੇ ਵੇਖ ਲਓ ਕਿਸੇ ਨੂੰ ਇੱਥੇ ਲਿਆ ਕੇ ਖੜਾ ਕਰਤਾ। ਮੈਂ ਗੱਲ ਬੰਗਲਾ ਸਾਹਿਬ ਤੋਂ ਬੋਲੀ ਸੀ, ਤੁਸੀਂ ਹੈਰਾਨ ਹੋ ਗਏ, ਸਿੱਖ ਰਹਿਤ ਮਰਿਆਦਾ ਜੀ ਲਿਖਿਆ ਜਦੋਂ ਸਰੂਪ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਣਾ ਪੈਰੀ ਜੋੜਾ ਨਹੀਂ ਪਾਉਣਾ, ਪਰ ਜੇ ਕਿਤੇ ਅੱਤ ਦੀ ਜ਼ਰੂਰਤ ਪੈ ਜਾਏ ਤੇ ਜੋੜਾ ਪਾਉਣ ਦਾ ਭਰਮ ਵੀ ਨਹੀਂ ਕਰਨਾ, ਇਹ ਮਰਿਆਦਾ ਚ ਲਿਖਿਆ। ਕਿੰਨੇ ਦੂਰ ਅੰਦੇਸ਼ੀ ਹੋਣਗੇ ਜਿਨ੍ਹਾਂ ਨੇ ਗੱਲਾਂ ਲਿਖੀਆਂ ਉਸ ਸਮੇਂ, ਉਹਨਾਂ ਨੂੰ ਵੀ ਪਤਾ ਸੀ ਵੀ ਇਹਨਾਂ ਗੱਲਾਂ ਦਾ ਆਮ ਲੋਕਾਂ ਨੂੰ ਨਹੀਂ ਪਤਾ, ਉਹਦੇ ਪਿੱਛੇ ਕਾਰਨ। ਹੁਣ ਮੈਂ ਤੁਹਾਡੇ ਸਾਹਮਣੇ ਇੱਕ ਸਵਾਲ ਰੱਖਣ ਲੱਗਾ, ਤੁਸੀਂ ਸਰੂਪ ਗੁਰਦੁਆਰਿਓਂ ਘਰ ਲੈ ਕੇ ਜਾ ਰਹੇ ਜੀ, ਰਸਤੇ 'ਚ ਕਿਸੇ ਬੰਦੇ ਨੇ ਥੁੱਕਿਆ, ਮੱਝ ਨੇ ਫੋਸ ਕੀਤਾ ਹੈ, ਕੋਈ ਪਿਸ਼ਾਬ ਕੀਤਾ ਹੈ, ਗੰਦਗੀ ਹੈ, ਆਪਾਂ ਗਲੀਆਂ ਉਦਾਂ ਗੰਦਗੀਆਂ, ਤੁਸੀਂ ਨੰਗੇ ਪਰ ਹੀ ਜਾ ਰਹੇ ਜੀ। ਘਰ ਜਾ ਕੇ ਜਿਸ ਬੰਦੇ ਨੇ ਤਾਬਿਆ ਬਹਿਣਾ, ਇਮਾਨਦਾਰੀ ਨਾਲ ਜਵਾਬ ਦਿਓ, ਉਹਨੇ ਪੈਰ ਸਾਬਣ ਨਾਲ ਜਾ ਕੇ ਧੋਣੇ ਨੇ, ਇਮਾਨਦਾਰੀ ਨਾਲ ਜਵਾਬ ਦਿਓ। ਬਸ ਮਾੜਾ ਜਿਹਾ ਪਾਣੀ ਉਹਦੇ ਨਾਲ ਕੱਚ ਵਲੱਚਾ ਕਰਕੇ ਜਾ ਕੇ ਤਾਬੇ ਬਹਿ ਜਾਣਾ, ਉਹਦੇ ਨਾਲ ਚੰਗਾ ਨਹੀਂ ਜੇ ਪੈਰੀ ਸਾਫ਼ ਕੋਈ ਜੋੜਾ ਪਾਇਆ ਹੋਵੇ ਤਾਂ ਕਿ ਗੰਦਗੀ ਜੋੜੇ ਨੂੰ ਲੱਗੂ, ਪੈਰ ਤੇ ਗੰਦਗੀ ਤੋਂ ਬਚ ਜਾਣਗੇ। ਕੁਝ ਸੋਚ ਸਮਝ ਕੇ ਉਹਨਾਂ ਨੇ ਗੱਲਾਂ ਲਿਖੀਆਂ ਸੀ, ਉਹਨਾਂ ਨੇ ਕੁਝ ਸੋਚ ਸਮਝ ਕੇ ਲਿਖੀਆਂ ਸੀ ਗੱਲਾਂ। ਤੇ ਜਦੋਂ ਮੈਂ ਗੱਲ ਬੰਗਲਾ ਸਾਹਿਬ ਤੋਂ ਬੋਲੀ, ਮੈਨੂੰ 5 ਸਾਧਾਂ ਦੇ ਪੰਜਾਬ ਤੋਂ ਫੋਨ ਗਏ ਸੀ, ਕਹਿੰਦੇ ਜੀ ਤੁਸੀਂ ਗਲਤ ਬੋਲ ਰਹੇ ਜੀ। ਮੈਂ ਕਿਹਾ ਮੈਂ ਤੁਹਾਡੇ ਸਾਹਮਣੇ ਸਵਾਲ ਰੱਖਿਆ, ਦੱਸ ਦਿਓ ਵੀ ਜਿਹੜਾ ਬੰਦਾ ਸਰੂਪ ਗੁਰਦੁਆਰੇ ਲੈ ਕੇ ਜਾਂਦਾ ਉਹ ਸਾਬਣ ਸਿਰਫ ਨਾ ਪੈਰ ਧੋਂਦਾ, ਕਹਿੰਦਾ ਨਹੀਂ ਧੋਂਦਾ। ਮੈਂ ਕਿਹਾ ਤੁਸੀਂ ਦੱਸ ਦਿਓ, ਕਹਿੰਦੇ ਗੱਲ ਤੇ ਵੈਸੇ ਸਹੀ ਹੈ, ਗੱਲ ਤੇ ਬਿਲਕੁਲ ਸਹੀ ਹੈ। ਮੈਂ ਕਿਹਾ ਮੈਂ ਕੋਲੋਂ ਨਹੀਂ ਕਹੀ, ਜੇ ਮੈਂ ਕੋਲੋਂ ਕੋਈ ਹੋ ਸਕਦਾ ਮੇਰੀ ਸੋਚ ਛੋਟੀ ਹੋਵੇ, ਪਰ ਜਿਨ੍ਹਾਂ ਨੇ 13 ਵਿਚਾਰ ਕਰਕੇ ਮਰਿਆਦਾ ਪਿਆਰ ਕੀਤੀ ਹੈ ਉਹ ਕੋਈ ਸਾਡੇ ਵਰਗੇ ਜਵਾਕ ਨਹੀਂ ਸੀ।
ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਜਿਨ੍ਹਾਂ ਨੇ ਗੁਰਦੁਆਰਾ ਸੁਧਾਰ ਲਹਿਰ ਚਲਾਈ, ਜਿਨ੍ਹਾਂ ਨੇ ਚਾਬੀਆਂ ਦੇ ਮੋਰਚੇ ਲਾਏ, ਜਿਨ੍ਹਾਂ ਨੇ ਅੰਗਰੇਜ਼ ਰਾਜ ਵੇਲੇ ਵੀ ਵੱਡੀਆਂ ਵੱਡੀਆਂ ਸੰਸਥਾਵਾਂ ਖੜੀਆਂ ਕਰ ਦਿੱਤੀਆਂ। ਸਾਡੇ ਵਰਗਿਆਂ ਕੋਈ ਕਮਰਾ ਨਹੀਂ ਪੈਂਦਾ। ਅਗਲਿਆਂ ਨੇ 1852 ਵਿੱਚ ਖਾਲਸਾ ਕਾਲਜ ਵਰਗੀਆਂ ਸੰਸਥਾਵਾਂ ਸਮਾਜ ਵਿੱਚ ਹੋਂਦ ਲੈਂਦੀਆਂ ਜਦੋਂ ਰਾਜ ਗੋਰਿਆਂ ਦਾ ਸੀ। ਅੱਜ ਤੇ ਅਸੀਂ ਕਹਿੰਦੇ ਸਾਡਾ ਆਪਣਾ ਪੰਜਾਬੀਆਂ ਦਾ ਰਾਜ ਹੈ, ਤਾਂ ਵੀ ਸਿੱਖੀ ਦੀ ਗੱਲ ਕਰਨੀ ਨਾਸੀ ਧੂੰ ਦਿੱਤਾ ਪਿਆ। ਅਗਲਿਆਂ ਨੇ ਕਿੱਡੇ ਯੋਧੇ ਹੋਣਗੇ ਅੰਗਰੇਜ਼ ਰਾਜ ਵੇਲੇ, ਅਗਲਿਆਂ ਨੇ ਖੇਮ ਸਿੰਘ ਬੇਦੀ ਵਰਗਿਆਂ ਦੇ ਗਦੇਲੇ ਚੁੱਕੇ ਸਰੋਵਰ ਸੁੱਟੇ ਸੀ। ਕਿੱਡੇ ਯੋਧੇ ਹੋਣਗੇ ਗਿਆਨੀ ਜਿੱਤ ਸਿੰਘ ਵਰਗੇ ਤੇ ਪ੍ਰੋਫੈਸਰ ਗੁਰਮੁਖ ਸਿੰਘ ਵਰਗੇ। ਸਿਰ ਨਹੀਂ ਚੁੱਕਦਾ ਉਹਨਾਂ ਯੋਧਿਆਂ ਅੱਗੇ ਜਿਹਨਾਂ ਏਡੇ ਏਡੇ ਕਾਰਨਾਮੇ ਕੀਤੇ, ਪਰ ਅੱਜ ਮਾਰੋ ਧਿਆਨ ਉਹਨਾਂ ਦਾ ਸਾਨੂੰ ਨਾਮ ਹੀ ਯਾਦ ਨਹੀਂ।